ਸੁਖਬੀਰ ਸਿੰਘ ਬਾਦਲ ਜੇ ਡੋਪ ਟੈਸਟ ਕਰਾਉਂਦਾ ਤੇ ਉਹਦੀ ਰਿਪੋਰਟ ਪੋਜ਼ਿਟਿਵ ਆਉਣੀ ਸੀ ਔਰ ਉਹਨੇ ਕਰਾਇਆ ਵੀ ਸ਼ਾਇਦ ਤਾਂ ਨਹੀਂ ਪਰ ਸੁਖਬੀਰ ਸਿੰਘ ਬਾਦਲ ਮੈਂ ਤੇਰਾ ਖਹਿੜਾ ਨਹੀਂ ਛੱਡਣਾ ਮੈਂ ਤੇਰਾ ਡੋਪ ਟੈਸਟ ਕਰਾ ਕੇ ਹਟਾਂਗਾ ਗੱਲ ਇਹ ਹੈ ਕਿ ਮੈਂ ਸੁਖਬੀਰ ਸਿੰਘ ਬਾਦਲ ਦੀ ਸਵੇਰ ਤੋਂ ਵੇਟ ਕਰ ਰਿਹਾ ਸੀ ਮੇਰਾ ਡੋਪ ਟੈਸਟ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਬਠਿੰਡੇ ਮੈਨੂੰ ਨਸ਼ੇੜੀ ਕਿਹਾ ਸੀ ਔਰ ਮੇਰਾ ਜਿਹੜੀ ਡੋਪ ਟੈਸਟ ਦੀ ਰਿਪੋਰਟ ਆ ਉਹ ਨੈਗੇਟਿਵ ਆਈ ਆ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਜੇ ਡੋਪ ਟੈਸਟ ਕਰਾਉਂਦਾ ਤਾਂ ਉਹਦੀ ਰਿਪੋਰਟ ਪੋਜ਼ਿਟਿਵ ਆਉਣੀ ਸੀ ਔਰ ਉਹਨੇ ਕਰਾਇਆ ਵੀ ਸ਼ਾਇਦ ਤਾਂ ਨਹੀਂ ਪਰ ਸੁਖਬੀਰ ਸਿੰਘ ਬਾਦਲ ਮੈਂ ਤੇਰਾ ਖਹਿੜਾ ਨਹੀਂ ਛੱਡਣਾ ਮੈਂ ਤੇਰਾ ਡੋਪ ਟੈਸਟ ਕਰਾ ਕੇ ਹਟਾਂਗਾ ਅੱਜ ਸੁਖਬੀਰ ਸਿੰਘ ਬਾਦਲ ਨੂੰ ਮੈਂ ਇੱਕ ਮਹੀਨੇ ਦਾ ਅਲਟੀਮੇਟਮ ਦੇਣਾ ਕਿ ਇੱਕ ਮਹੀਨੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਪਦਾ ਜਿਹੜਾ ਉਹ ਡੋਪ ਟੈਸਟ ਕਰਾਵੇ ਔਰ ਉਹਦੀ ਰਿਪੋਰਟ ਜਿਹੜੀ ਉਹ ਮੈਨੂੰ ਭੇਜੇ ਅਤੇ ਮੀਡੀਆ ਨੂੰ ਦੇਵੇ ਅਤੇ ਜੇ ਉਹ ਡੋਪ ਟੈਸਟ ਇੱਕ ਮਹੀਨੇ ਦੇ ਵਿੱਚ ਨਹੀਂ ਕਰਾਉਂਦਾ ਅਤੇ ਮੈਂ ਸਿਗਨੇਚਰ ਮੁਹਿੰਮ ਜਿਹੜੀ ਆ ਉਹ 117 ਦੇ 17 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਿਗਨੇਚਰ ਮੁਹਿੰਮ ਚਲਾਵਾਂਗਾ ਔਰ ਜਿੱਦਣ 117 ਹਲਕੇ ਪੂਰੇ ਕੰਪਲੀਟ ਹੋ ਜਾਣਗੇ ਉਦੋਂ ਬਾਅਦ ਦੇ ਵਿੱਚ ਸਾਰਾ ਪੰਜਾਬ ਜਿਹੜਾ ਇਹਨੂੰ ਉਹ ਲੋਕਾਂ ਦੀ ਜੋ ਸਿਗਨੇਚਰ ਮੁਹਿੰਮ ਚੱਲੀ ਹੋਊਗੀ ਇਹਨੂੰ ਜਿਹੜਾ ਅਮਲੀ ਡਿਕਲੇਅਰ ਕੀਤਾ ਜਾਵੇਗਾ ਜਿਵੇਂ ਮੀਡੀਆ ਨੇ ਉਹਨਾਂ ਨੂੰ ਵਾਰ ਵਾਰ ਇਹ ਪੁੱਛਿਆ ਕਿ ਤੁਸੀਂ ਡੋਪ ਟੈਸਟ ਕਰਾਉਣ ਜਾਓਗੇ ਜਾਂ ਕੱਲ ਫਿਰੋਜ਼ਪੁਰ ਪੁੱਛਿਆ ਸੀਗਾ ਉਹ ਵਾਰ ਵਾਰ ਉਸ ਚੀਜ਼ ਨੂੰ ਯਾਨੀ ਡਿਨਾਈ ਕਰਦੇ ਰਹੇ ਉਹਨਾਂ ਨੇ ਕੱਲ ਤੋਂ ਉਹਨੇ ਚੈਲੰਜ ਕੀਤਾ ਸੀ ਮੈਂ ਡੋਪ ਟੈਸਟ ਕਰਾਉਂਗਾ ਪਰ ਅੱਜ ਉਹ ਕਹਿੰਦੇ ਮੈਂ ਨਹੀਂ ਜਾਣਦਾ ਕਿਹਾ ਸੀ ਕਿ ਜਿਹੜਾ ਮਰਜ਼ੀ ਮੇਰਾ ਡੋਪ ਟੈਸਟ ਕਰਾ ਲੇ ਅੱਜ ਅੱਜ ਗੱਲ ਇਹ ਆ ਕਿ ਜਿਹੜਾ ਅਮਲੀ ਬੰਦਾ ਹੈ ਉਹਨੂੰ ਉੱਠਣ ਤੇ ਟਾਈਮ ਲੱਗਦਾ ਉਹਨੇ 9 ਵਜੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਣਾ ਸੀ ਸ਼੍ਰੋਮਣੀ ਕਮੇਟੀ ਦੇ ਅੰਡਰ ਗੁਰਦੁਆਰਾ ਸਾਹਿਬ ਹੈ ਠੱਠਾ ਸਾਹਿਬ ਉਹ ਇੱਥੇ ਮੱਥਾ ਟੇਕਣ ਵੀ ਨਹੀਂ ਆਏ ਕਿਉਂਕਿ ਸਰੀਰ ਬੰਨਣ 'ਤੇ ਟਾਈਮ ਲੱਗਾ ਹੋਊਗਾ ਅਤੇ ਮੁੜ ਕੇ ਜਦੋਂ ਸਰੀਰ ਬੰਨਣ 'ਤੇ ਟਾਈਮ ਲੱਗਾ ਅਤੇ ਫੀਮ ਦੀ ਵਾਧ ਘਾਟ ਹੋ ਗਈ ਅਤੇ ਵਾਧ ਘਾਟ ਦੇ ਵਿੱਚ ਹੀ ਕਹਿੰਦਾ ਮੈਂ ਕੁਲਵੀਰ ਸਿੰਘ ਜੀਰਾ ਨੂੰ ਨਹੀਂ ਜਾਣਦਾ ਇਸੇ ਤਰ੍ਹਾਂ ਹੀ ਉਹਨੇ ਮੁਕਤਸਰ ਸਾਹਿਬ ਦੀ ਧਰਤੀ 'ਤੇ ਮਾਘੀ 'ਤੇ ਕਿਹਾ ਸੀ ਕਹਿੰਦਾ ਮੇਰੇ ਬਹੁਤ ਹੀ ਸਤਿਕਾਰਯੋਗ ਪਿਤਾ ਸਮਾਨ ਪ੍ਰਕਾਸ਼ ਸਿੰਘ ਬਾਦਲ ਜਿਹੜਾ ਆਪਦੇ ਪਿਓ ਨੂੰ ਨਹੀਂ ਜਾਣਦਾ ਕਿ ਮੇਰੇ ਪਿਓ ਦਾ ਨਾਂ ਕੀ ਅਤੇ ਮੇਰਾ ਪਿਓ ਕੌਣ ਆ ਅਤੇ ਉਹ ਬਾਈ ਮੈਂ ਤਾਂ ਕਾਂਗਰਸ ਦਾ MLA ਹੋ ਸਕਦਾ ਮੈਨੂੰ ਨਾਂ ਜਾਣਦਾ ਹੋਵੇ ਅੱਜ ਮਿਲਣੀ ਵੀ ਜਿਹੜੀ ਮੈਂ ਰੱਖੀ ਸੀ ਮੈਂ ਤਾਂ ਹੀ ਕਿਹਾ ਸੀ ਕਿ ਕੁਲਵੀਰ ਸਿੰਘ ਜੀਰੇ ਨਾਲ ਮਿਲਣੀ ਕਰ ਪਹਿਲਾਂ ਇੱਥੇ ਪਹਿਲਾਂ ਡੋਪ ਟੈਸਟ ਕਰਾ ਤਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੋਵਾਂ 'ਚੋਂ ਨਸ਼ੇੜੀ ਕਿਹੜਾ ਔਰ ਉਹਦੇ 'ਚ ਉਹਦਾ ਕਸੂਰ ਨਹੀਂ ਆ ਉਹ ਜਿਹੜਾ ਗੋਲਾ ਖਾਂਦਾ ਉਹਦਾ ਕਸੂਰ ਆ ਜੇ ਕੁਲਵੀਰ ਇੱਥੇ ਆਇੰਦਾ ਸੁਖਬੀਰ ਇੱਥੇ ਆਇੰਦਾ ਤੁਹਾਡਾ ਰਵੱਈਆ ਕੀ ਰਹਿਣਾ ਸੀ ਮੇਰਾ ਰਵੱਈਆ ਕੁਛ ਨਹੀਂ ਮੈਂ ਤਾਂ ਲੋਕਾਂ ਦੇ ਵਿੱਚ ਆਪਦੇ ਆਪ ਨੂੰ ਔਰ ਉਹਨੂੰ ਸਪਸ਼ਟ ਕਰਨਾ ਚਾਹੁੰਦਾ ਸੀ ਔਰ ਮੈਂ ਇਸੇ ਕਰਕੇ ਸੱਦਿਆ ਸੀਗਾ ਕਿ ਉਹ ਆਵੇ ਕਿਉਂਕਿ ਉਹਦੇ ਕੋਲ ਟਾਈਮ ਨਹੀਂ ਔਰ ਕੈਂਪ ਵੀ ਤਾਂ ਹੀ ਮੈਂ ਸਰਕਾਰ ਨੂੰ ਲੈਟਰ ਲਿਖੀ ਸੀ ਕਿ ਕੈਂਪ ਇੱਥੇ ਲਾਇਆ ਜਾਵੇ ਤੁਸੀਂ ਦੇਖਿਆ ਹੋਊਗਾ ਕਿ ਮੈਂ ਇਕੱਲਾ ਬੈਠਾ ਵੇਟ ਕਰਦਾ ਰਿਹਾ ਪਰ ਉਹ ਨਹੀਂ ਆਇਆ ਗਾ ਅੱਜ ਸੁਖਬੀਰ ਸਿੰਘ ਬਾਦਲ ਅੱਜ ਵੀ ਤੇਰੇ ਕੋਲ ਸਮਾਂ ਅੱਜ ਵੀ ਤੂੰ ਆਪਦਾ ਟੈਸਟ ਕਰਾ ਸਕਦਾ ਕਾਲੀਆਂ ਝੰਡੀਆਂ ਕਿਉਂ ਦਿਖਾਈਆਂ ਗਈਆਂ ਵਰਕਰਾਂ ਵੱਲੋਂ ਕਾਂਗਰਸੀ ਵਰਕਰਾਂ ਗੱਲ ਇਹ ਹੈ ਕਿ ਇਹ ਜਿਹੜੀ ਬੇਅਦਬੀ ਹੋਈ ਜਿਹੜੇ ਮੈਂ 5 ਸਵਾਲ ਕੀਤੇ ਸੀ ਉਹਨਾਂ 5 ਸਵਾਲਾਂ ਦਾ ਉਹਨੇ ਜਵਾਬ ਨਹੀਂ ਦਿੱਤਾ ਔਰ ਇਹ ਜਿਹੜੇ ਵਰਕਰ ਆਏ ਨੇ ਜਾਂ ਜਿਹੜੇ ਲੋਕ ਆਏ ਨੇ ਇਹ ਸਿਰਫ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਇਹ ਪੜ੍ਹ ਕੇ ਆਏ ਨੇ ਕਿ ਕੱਲ੍ਹ ਸੁਖਬੀਰ ਨੇ ਡੋਪ ਟੈਸਟ ਕਰਾਉਣਾ ਕਿਉਂਕਿ ਲੋਕ ਸੁਖਬੀਰ ਨੂੰ ਵੀ ਅਮਲੀ ਕਹਿੰਦੇ ਆ ਔਰ ਸੁਖਬੀਰ ਕੁਲਵੀਰ ਨੂੰ ਅਮਲੀ ਕਹਿੰਦਾ ਸੀ ਅੱਜ ਕੁਲਵੀਰ ਤਾਂ ਕਲੀਅਰ ਹੋ ਗਿਆ ਕਿ ਕੁਲਵੀਰ ਤਾਂ ਅਮਲੀ ਹੈਣੀ ਨਹੀਂ ਪਰ ਸੁਖਬੀਰ ਜਿਹੜਾ ਉਹ ਅਮਲੀ ਆ ਪਰ ਉਹ ਵੀ ਮੈਂ ਫਿਰ ਵੀ ਟਾਈਮ ਦਿੱਤਾ ਕਿ 1 ਮਹੀਨਾ ਤੇਰੇ ਕੋਲ ਹੈਗਾ ਕਰਾਲਾ ਬਾਦਲ ਸਾਹਿਬ ਜਿਹੜਾ ਉਹ ਚੈਨ ਦੀ ਨੀਂਦ ਸੌਂ ਸਕਣ ਅਤੇ ਉਦੋਂ ਬਾਅਦ ਦੇ ਵਿੱਚ ਸਿਗਨੇਚਰ ਮੁਹਿੰਮ ਜਿਹੜੀ ਹੈ ਮੈਂ ਚਲਾ ਦੇਣੀ ਕੱਲ੍ਹ ਤੁਸੀਂ ਇੱਕ ਗੱਲ ਕੀਤੀ ਸੀ ਵੀ ਉਹਨਾਂ ਦੇ ਅਸਲਾ ਲਾਇਸੈਂਸ ਨੂੰ ਜਿਹੜਾ ਰਿਨਿਊ ਹੋਣ ਵਾਸਤੇ ਉਹਨਾਂ ਨੂੰ ਡੋਪ ਟੈਸਟ ਕਰਾਉਣ ਦੀ ਜ਼ਰੂਰਤ ਹੈ ਜਾਂ ਉਹਨਾਂ ਦਾ ਰਿਨਿਊ ਹੋ ਚੁੱਕਿਆ ਹੈ ਜਾਂ ਰਿਨਿਊ ਕਰਵਾਉਂਦੇ ਆ ਉਦੋਂ ਵੀ ਡੋਪ ਟੈਸਟ ਦੀ ਜ਼ਰੂਰਤ ਪਏਗੀ ਕਿ ਉਹਨਾਂ ਦਾ ਲਾਇਸੈਂਸ ਜਿਹੜਾ ਰੱਦ ਹੋਏਗਾ ਜਾਂ ਉਹ ਡੋਪ ਟੈਸਟ ਕਰਾਉਣਗੇ ਇਸ ਗੱਲ ਦੀ ਮੈਂ RTI ਪਾਵਾਂਗਾ ਕਿ ਉਹਦਾ ਲਾਇਸੈਂਸ ਬਣਿਆ ਜਾਂ ਨਹੀਂ ਬਣਿਆ ਜੇ ਲਾਇਸੈਂਸ ਬਣਿਆ ਹੈ ਅਤੇ ਉਹਨੇ ਡੋਪ ਟੈਸਟ ਕਰਾਇਆ ਜਾਂ ਨਹੀਂ ਕਰਾਇਆ ਜੇ ਕਰਾਇਆ ਤਾਂ ਉਹਦੀ ਰਿਪੋਰਟ ਕੀ ਆਈ ਹੈ ਕਿਉਂਕਿ ਜੇ ਉਹਨੇ ਡੋਪ ਟੈਸਟ ਕਰਾਇਆ ਹੁੰਦਾ ਤਾਂ ਉਹਨੇ ਮੇਰੀ ਰਿਪੋਰਟ ਦਿਖਾ ਦੇਣੀ ਸੀ ਇਸ ਕਰਕੇ ਡੋਪ ਟੈਸਟ ਕਰਾਉਣ ਦੇ ਲੈ ਕੀ ਹੈਣੀ ਉਹ ਕੁਲਵੀਰ ਸਿੰਘ ਜੀਰਾ ਕਾ ਜੋ ਹੈ ਡੋਪ ਟੈਸਟ ਕੀਆ ਗਿਆ ਕੈਸੀ ਰਿਪੋਰਟ ਆਈ ਕਿਆ ਉਨਕੀ ਰਿਪੋਰਟ ਨੈਗੇਟਿਵ ਆਈ ਹੈ ਇਹ ਦੇਖ ਲਈਏ ਕਿ 10 ਟੈਸਟ ਹੋਤੇ ਹੈ 10 ਇਹ ਪਹਿਲੇ 5 ਇਹ ਦੇਖੀਏ ਜਿਸ ਮੇ ਦੋਨੋਂ ਲਾਈਨ ਆਈ ਹੈ ਨੈਗੇਟਿਵ ਟੈਸਟ ਔਰ ਕੰਟਰੋਲ ਦੂਸਰੇ ਵਾਲੇ 5 ਹੀ ਹੈ ਤੋ 10 ਕੇ 10 ਟੈਸਟ ਜੋ ਹੈ ਸਾਰੇ ਨੈਗੇਟਿਵ ਹੈ
नहीं, सिग्नेचर उनके हैं, कुलबीर सिंह जीरा जी के, ये उनके साइन है। सारे नेगेटिव आए थे? हां जी, हां जी, सारे नेगेटिव हैं। ਸਰ ਇੱਕ ਬਜਟ ਜਿਹੜਾ 18 ਤਰੀਕ ਨੂੰ ਬਜਟ ਪੇਸ਼ ਹੋ ਰਿਹਾ ਜੀ, 12 ਤੋਂ 21 ਦਾ ਜਿਹੜਾ ਪੰਜਾਬ ਸੈਸ਼ਨ ਦਾ ਬਜਟ ਪੇਸ਼ ਹੋ ਰਿਹਾ, ਉਹਦੇ ਤੁਸੀਂ ਕਿਹੋ ਜਿਹਾ ਦੇਖਦੇ ਹੋ? 12 ਤੋਂ 21। ਚਲੋ ਦੇਖਦੇ ਹਾਂ ਕੀ ਕਹਿੰਦਾ। ਅਸੀਂ ਉਹਨਾਂ ਨੂੰ ਪੂਰੇ ਸਰਕਾਰ ਨੂੰ ਫੜਾਂਗੇ ਕਿ 2 ਸਾਲ ਹੋ ਗਏ, 2 ਸਾਲਾਂ ਚ ਫੋਟੋ ਕਰ ਲੈਂਦੇ ਕੀਤਾ ਕੀ ਹੈ ਪੰਜਾਬ ਵਾਸਤੇ। ਬਜਟ ਪੇਸ਼ ਕਰਨਾ ਬੜੀ ਚੀਜ਼ ਹੈ, ਬਜਟ 'ਚ ਕੁਝ ਦੇਣਾ ਕੁਝ ਚੀਜ਼ ਹੈ, ਦਿੱਤਾ ਤਾਂ ਹੈ ਨਹੀਂ, ਖੋਇਆ ਲੋਕਾਂ ਤੋਂ। ਸਰ ਇੱਕ ਭਗਵੰਤ ਮਾਨ ਨੂੰ ਦੁਬਾਰਾ ਜਿਹੜਾ ਪੰਜਾਬ ਪ੍ਰਧਾਨ ਬਣਾਉਣ ਦੀ ਗੱਲ ਕਰੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ, ਉਹਨਾਂ ਦੀ ਆਪਣੀ ਪਾਰਟੀ ਹੈ ਜੋ ਮਰਜ਼ੀ ਕਰੇ। ਸਰ ਮੈਂ ਕਹਿੰਦਾ ਪਿਛਲੇ ਬਜਟ 'ਚ ਨਹੀਂ ਜੋ ਕੀਤਾ, ਆਹ ਬਜਟ ਤਾਂ ਝੂਠ ਦਾ ਪਲੰਦਾ ਪੇਸ਼ ਕਰ ਰਿਹਾ। ਉਹਨਾਂ ਨੂੰ ਆਹ ਪਤਾ ਕਿ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਹੈ, ਆਹੀ ਕਾਰਨ ਹੈ ਕਿ ਉਹਨਾਂ ਨੇ ਆਹ ਜਿਹੜੇ ਝੂਠੇ ਪਰਚੇ ਕਰਕੇ ਲੋਕਾਂ ਦੇ ਕਾਗਜ਼ ਰੱਦ ਕਰਕੇ ਆਪਣੇ ਸਰਪੰਚ ਪੰਚ ਦੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਭ ਇਲੈਕਸ਼ਨ ਲੜੇ ਹੈ, ਜਨਤਾ 'ਚ ਕਿਉਂ ਨਹੀਂ ਆ ਕੇ ਲੜੇ? ਕਾਗਜ਼ ਰੱਦ ਕਰਨ ਦੀ ਕੀ ਲੋੜ ਹੈ? ਕਾਗਜ਼ ਉਹ ਰੱਦ ਕਰਾਉਂਦਾ ਜਿਹੜਾ ਡਰਦਾ। ਅੱਜ ਤੁਸੀਂ ਜਨਤਾ ਦੀ ਆਵਾਜ਼ ਸੁਣੀ ਹੈ, ਜਿਹੜੇ ਪਿੰਡ 'ਚ 5 ਬੰਦੇ ਨਾਲ ਨਹੀਂ ਉਹਨੂੰ ਸਰਪੰਚ ਬਣਾਇਆ, ਜਦੋਂ ਪਾਰਲੀਮੈਂਟ ਦਾ ਆਊਗਾ ਅਗਲਾ ਅਸੈਂਬਲੀ ਇਲੈਕਸ਼ਨ ਆਊਗਾ, ਆਹੀ ਲੋਕ ਫਿਰ ਉਹਨੂੰ ਦੱਸਣਗੇ। ਸਰ ਇੱਕ ਜ਼ਿਲ੍ਹਾ ਕਾਂਗਰਸ, ਕਮੇਟੀ ਨੇ ਪ੍ਰਿਅੰਕਾ ਗਾਂਧੀ ਨੂੰ ਇਲੈਕਸ਼ਨ ਚੁਣਾਵ ਲੜਾਉਣ ਦੀ ਮੰਗ ਰੱਖੀ ਹੈ ਵੀ ਫਿਰੋਜ਼ਪੁਰ ਤੋਂ ਜਿਹੜਾ ਇਲੈਕਸ਼ਨ ਲੜਨ ਜ਼ਰੂਰ ਆਉਣ। ਸਰ ਡਾਕਟਰਸ ਦੀ ਉਹ ਮੰਗ ਕਰ ਰਹੇ ਆ ਕਿ ਫਿਰ ਮੈਂ ਹੁਣ ਉਹਦੇ ਬਾਰੇ ਕੀ ਗੱਲ। ਕਮਲ ਸ਼ਰਮਾ ਜੀ ਸੁਖਦੇਵ ਢੀਂਡਸਾ ਨਾਲ ਮਿਲਣੀ ਹੋਈ ਹੈ ਕੱਲ, ਅਕਾਲੀ ਦਲ ਭਾਜਪਾ ਦੇ ਵੱਖਰੇ ਹੋਣ ਦੇ ਚਾਂਸ ਤਾਂ ਨਹੀਂ? ਹਲਕਾ ਖੰਡੂਰ ਸਾਹਿਬ ਤੋਂ ਕਿਸ ਨੂੰ ਟਿਕਟ ਦੇ ਰਹੇ ਹੋ? ਜਿਹੜੀ ਪਾਰਟੀ ਦੀ ਕੋਰ ਕਮੇਟੀ ਮਿਲੂਗੀ ਉਹ ਫੈਸਲਾ ਕਰੂ। ਥੈਂਕ ਯੂ।